ਕਲ ਮਿਆਰੀਆਂ 2 ਦੇ ਨਾਲ ਸੰਬੰਧਿਤ ਇੱਕ ਹੋਰ ਅਹਿਮ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ। ਦਰਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਫਿਲਮ ਯਾਰੀਆਂ 2 ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ। ਐਸਜੀਪੀਸੀ ਦੇ ਸਕੱਤਰ ਨੇ ਐਫਆਈਆਰ ਦਰਜ ਕਰਵਾਈ ਹੈ ਧਾਰਾ 295 ਏ ਦੇ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚੱਲਦਿਆਂ ਥਾਣਾ ਈ ਡਿਵੀਜ਼ਨ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਹੈ। ਯਾਰੀਆਂ 2 ਦੇ ਅਦਾਕਾਰ ਮਿਜ਼ਾਨ ਜ਼ਾਫਰੀ, ਡਾਇਰੈਕਟਰ ਰਾਧਿਕਾ ਰਾਓ, ਵਿਨੇ ਸਪਰੂ ਅਤੇ ਪ੍ਰੋਡਿਊਸਰ भूषण कुमार जो टी सीरीज़ के प्रोड्यूसर ने उन्होंने खिलाफ मामला दर्ज करवाया गया है धारा 295 ए तहत धार्मिक भावनावां ठेस पहुँचाने के दोष लगाए गए ने। गाना सी फिल्म का सहुरेकार उस दे विच अदाकार मिजान जाफरी नूं नंगे सिर दाढ़ी कट्टी हुई है, सिर भी मुन्या होया है, उस दे विच किरपान पहने हुए विखाया गया है, जिस तो बाद एसजीपीसी ने सख्त एतराज़ किया है। एसजीपीसी दे मुख सकत्तर गुरचरण सिंह गरेवाल दे वल्लों इन्हां निर्मातावां दे विरुद्ध सख्त कार्रवाई की मांग की गई है। उन्हां दा कहना सी कि गैर सिख अते क्लीन शेव अदाकार मिजान जाफरी नूं किरपान पहने हुए विखाया है अते किरपान केवल अमृतधारी सिख पहन सकते ने। सिख मर्यादा की अते परंपरावां दी अपमान किया गया है जो किसी भी कीमत दे विच बर्दाश्त नहीं किया ਜਾਵੇਗਾ। ਸਕੱਤਰ ਦਾ ਕਹਿਣਾ ਸੀ ਕਿ ਪ੍ਰਸਿੱਧੀ ਹਾਸਲ ਕਰਨ ਦੇ ਲਈ ਤੇ ਆਪਣੇ ਵਿੱਤੀ ਫਾਇਦੇ ਦੇ ਲਈ ਫਿਲਮ ਨਿਰਮਾਤਾਵਾਂ ਨੇ ਧਾਰਮਿਕ ਭਾਵਨਾਵਾਂ ਦੀ ਪਰਵਾਹ ਕੀਤੇ ਬਿਨਾਂ ਸਿੱਖ ਕਕਾਰ ਕਿਰਪਾਨ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਐਸਜੀਪੀਸੀ ਨੇ ਪੰਜਾਬ ਪੁਲਿਸ ਅਤੇ ਡੀਜੀਪੀ ਗੌਰਵ ਯਾਦਵ ਤੋਂ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਨ ਅਤੇ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ। ਐਸਜੀਪੀਸੀ ਦਾ ਕਹਿਣਾ ਸੀ ਕਿ ਇਹ ਗਾਣਾ ਪਤਾ ਨਹੀਂ ਕਿੱਥੇ ਕਿੱਥੇ ਡਾਊਨਲੋਡ ਹੋ ਚੁੱਕਾ ਹੈ, ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਯੂਟਿਊਬ 'ਤੇ ਇਸ ਗਾਣੇ ਨੂੰ ਵੇਖਿਆ ਹੈ। ਇਸ ਕਾਰਨ ਇਸ ਗਾਣੇ ਨੂੰ ਸਰਕਾਰੀ ਏਜੰਸੀਆਂ ਅਤੇ ਮੰਤਰਾਲਿਆਂ ਦੇ ਵੱਲੋਂ ਹਰ ਥਾਂ ਤੋਂ ਸਾਈਬਰ ਸਪੇਸ ਦੇ ਪਲੇਟਫਾਰਮਾਂ ਤੋਂ ਹਟਾ ਦਿੱਤੇ ਜਾਣ ਦੀ ਵੀ ਬੇਨਤੀ ਐਸਜੀਪੀਸੀ ਨੇ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਤਾਲਮੇਲ ਕਮੇਟੀ ਨੇ ਜਲੰਧਰ ਦੇ ਵਿੱਚ ਇਸ ਫਿਲਮ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ ਅਤੇ ਹੁਣ ਦੂਜਾ ਮਾਮਲਾ ਅੰਮ੍ਰਿਤਸਰ ਦੇ ਵਿੱਚ ਦਰਜ ਕਰਵਾਇਆ ਗਿਆ ਹੈ। ਬਿਊਰੋ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।